ਹਾਂਜੀ ਪੰਜਾਬੀ ਡਿਕਟੇਸ਼ਨ ਪੰਜਾਬ ਬਜਟ 2022 ਰੈਡੀ ਸਟਾਰ ਉਸ ਬੱਚੇ ਨੂੰ ਬੜਾ ਪਿਆਰ ਕਰਦਾ ਸੀ ਲੇਕਿਨ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਕਤਲਿਆਮ ਪਾਕਿਸਤਾਨ ਵਿੱਚ ਹੋਇਆ ਅਤੇ ਪੰਜਾਬ ਦੇ ਵਿੱਚੋਂ ਮੁਸਲਮਾਨਾਂ ਨਾਲ ਭਰੀ ਟ੍ਰੇਨ ਵੱਡ ਕੇ ਪਾਕਿਸਤਾਨ ਭੇਜ ਦਿੱਤੀ ਗਈ ਤਾਂ ਮੁਸਲਮਾਨ ਲੜਕੇ ਨੇ ਉਸ ਬੱਚੇ ਨੂੰ ਟਾਂਗੇ ਦੇ ਵਿੱਚ ਹੀ ਸ਼ੁਰਾ ਮਾਰ ਦਿੱਤਾ ਅਤੇ ਲੋਕਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਡੰਡੀ ਮੌਕੇ ਤੇ ਉਸ ਸਿੱਖ ਬੱਚੇ ਦੇ ਬਾਪ ਨੂੰ ਬੁਲਾ ਲਿਆ ਗਿਆ ਡੰਡੀ ਬੱਚਾ ਖੂਨ ਨਾਲ ਲੱਥ ਪੱਥ ਸੀ ਡੰਡੀ ਉਸ ਦਾ ਬਾਪ ਮੌਕੇ ਦਾ ਗਵਾਹ ਸੀ ਅਤੇ ਜਿਸ ਦਿਨ ਅਦਾਲਤ ਦੇ ਵਿੱਚ ਉਸ ਦੀ ਗਵਾਹੀ ਸੀ ਤਾਂ ਜੱਜ ਨੇ ਪੁੱਛਿਆ ਕਿ ਕਿ ਤੁਹਾਡੇ ਬੱਚੇ ਦਾ ਕਤਲ ਇਹ 18 ਸਾਲ ਦਾ ਮੁਸਲਮਾਨ ਲੜਕਾ ਹੈ ਜਾਂ ਨਹੀਂ ਪ੍ਰਸ਼ਨ ਚਿੰਨ ਤਾਂ ਉਸ ਨੇ ਕਿਹਾ ਕਿ ਨਹੀਂ ਡੰਡੀ ਇਹ ਬੱਚੇ ਦਾ ਕਾਤਲ ਨਹੀਂ ਡੰਡੀ ਇਹ ਤਾਂ ਅੱਜ ਵੀ ਮੇਰੇ ਨਾਲੋਂ ਵੱਧ ਪਿਆਰ ਮੇਰੇ ਬੱਚੇ ਨੂੰ ਕਰਦਾ ਹੈ ਡੰਡੀ ਇਸ ਨੂੰ ਤਾਂ ਮੇਰੇ ਨਾਲੋਂ ਵੱਧ ਦੁੱਖ ਹੈ ਤਾਂ ਤਾਂ ਜੱਜ ਸਾਹਿਬ ਨੇ ਪੁੱਛਿਆ ਕਿ ਫਿਰ ਤੁਹਾਡੇ ਬੱਚੇ ਦਾ ਕਾਤਲ ਕੌਣ ਹੈ ਤਾਂ ਉਸ ਨੇ ਕਿਹਾ ਕਿ ਕਾਤਲ ਤਾਂ ਦਿੱਲੀ ਅਤੇ ਲਾਹੌਰ ਬੈਠੇ ਹਨ ਜਿਨ੍ਹਾਂ ਨੇ ਕੁਰਸੀਆਂ ਦੀ ਲਾਲਚ ਵਿੱਚ ਸਾਡੇ ਦੇਸ਼ ਦੀ ਵੰਡ ਕੀਤੀ ਅਤੇ ਸਾਡੇ ਮਨਾ ਦੇ ਵਿੱਚ ਜਿਹੜੇ ਅਸੀਂ Hindu, Muslim, Sikh, Isai ਭਰਾਵਾਂ ਵਾਂਗ ਇਕੱਠੇ ਰਹਿੰਦੇ ਸੀ ਕੁੜੱਤਨ ਪੈਦਾ ਕੀਤੀ ਡੰਡੀ ਸੋ ਕਹਿਣ ਤੋਂ ਭਾਵ ਕਿ ਓਹੋ ਇੱਕ ਬਹੁਤ ਵੱਡਾ ਦੁਖਾਂਤ ਸੀ ਅਤੇ ਅੱਧਾ ਪੰਜਾਬ ਉਧਰ ਚਲਿਆ ਗਿਆ ਡੰਡੀ ਸਾਨੂੰ ਇਹ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਇੱਕ ਖੇਤਾ ਦਿੱਤਾ ਜਾਵੇਗਾ ਜਿੱਥੇ ਉਹ ਆਪਣੇ ਚਾ ਲਾੜ ਪੂਰਾ ਕਰਨਗੇ ਪਰ ਸਾਨੂੰ ਦੂਜਾ ਇਨਾਮ ਮਿਲਿਆ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ ਡੰਡੀ ਇਹ ਚਿੱਠੀ ਸੈਂਟਰ ਸਰਕਾਰ ਵੱਲੋਂ ਸਾਡੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਹੈ ਅਤੇ ਇਥੋਂ ਹੀ ਸਾਡੀ ਲੜਾਈ ਕੇਂਦਰ ਸਰਕਾਰ ਦੇ ਨਾਲ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਨੇ ਜਿਸ ਦਾ ਇੱਕ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ ਪੰਜਾਬ ਦੇ ਹੱਕਾਂ ਲਈ ਬਹੁਤ ਮੋਰਚੇ ਲਗਾਏ ਅਤੇ ਸੰਘਰਸ਼ ਕੀਤਾ ਡੰਡੀ ਪੰਜਾਬ ਦੇ ਹਿੱਤਾਂ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਅਤੇ 1966 ਦੇ ਵਿਚ ਜਦੋਂ ਪੰਜਾਬ ਬਣਿਆ ਤਾਂ ਉਸ ਦੌਰਾਨ ਹਿਮਾਚਲ ਅਤੇ ਹਰਿਆਣਾ ਦੋ ਵੱਖਰੇ ਰਾਜ ਬਣ ਗਏ ਡੰਡੀ ਉਸ ਸਮੇਂ ਹੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਦੇਸ਼ ਦੇ ਅੰਦਰ ਜਿੱਥੇ ਵੀ ਸੂਬਿਆਂ ਦੇ ਵਿੱਚੋਂ ਦੂਸਰੇ ਸੂਬੇ ਨਿਕਲੇ ਹਨ ਪਿਤਰੀ ਸੂਬੇ ਨੂੰ ਰਾਜਧਾਨੀ ਦਿੱਤੀ ਗਈ ਹੈ ਲੇਕਿਨ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ ਅਤੇ ਉਸ ਸਮੇਂ ਚੰਡੀਗੜ੍ਹ ਨੂੰ 10 ਸਾਲਾਂ ਦੇ ਲਈ ਟੈਂਪਰੇਰੀ ਯੂਟੀ ਬਣਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਨੂੰ ਦਿੱਤਾ ਜਾਵੇਗਾ ਡੰਡੀ 1970 ਦੇ ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਗਿਆ ਡੰਡੀ ਸਟਾਪ